ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਜੀ 31 ਅਗਸਤ ਨੂੰ ਉਹਨਾਂ ਦੀ ਸ਼ਹਾਦਤ ਆ ਜਿਹੜੀ ਉਹ ਪੰਜਾਬ ਦੇ ਅਮਨ ਸ਼ਾਂਤੀ ਲਈ ਹੋਈ ਸੀ ਅਤੇ 25 ਸਾਲ ਕੱਲ੍ਹ ਨੂੰ ਉਹਨਾਂ ਦੇ ਇਸ ਸ਼ਹਾਦਤ ਨੂੰ ਹੋ ਜਾਣੀ ਹੈ। 25 ਸਾਲ ਬਹੁਤ ਵੱਡਾ ਉਸਤਾ ਨਹੀਂ ਹੁੰਦਾ, ਪਰ ਸ਼ਹੀਦ ਨੇ ਜਿਹੜੇ ਉਹਨਾਂ ਨੂੰ ਕਦੇ ਵੀ ਕੌਮਾਂ ਭੁੱਲਦੀਆਂ ਨਹੀਂ। ਬਹੁਤ ਬੜੇ ਲੇਖਕ ਨੇ, ਕਵੀ ਨੇ, ਮੈਨੂੰ ਯਾਦ ਆ ਰਹੀਆਂ ਲਾਈਨਾਂ, ਉਹਨਾਂ ਨੇ ਕਿਹਾ ਸ਼ਿੰਗਾਰ ਕੇ ਚੱਲਿਆ ਹਾਂ ਤਰੀਕ ਪੁਰਾਣੀ ਨੂੰ। ਮਾਣ, ਇਹ ਜਿਹੜਾ ਮਾਣ ਦਿੱਤਾ ਹੈ ਉਹਦੀ ਗੱਲ ਕਰ ਰਹੇ ਹਾਂ। ਸ਼ਿੰਗਾਰ ਕੇ ਚੱਲਿਆ ਹਾਂ ਤਰੀਕ ਪੁਰਾਣੀ ਨੂੰ, ਹੈ ਮਾਣ ਸ਼ਹੀਦਾਂ ਤੇ ਪੰਜਾਬ ਦੇ ਪਾਣੀ ਨੂੰ। ਇਹ ਗੱਲ ਸ਼ਹੀਦਾਂ ਬਾਰੇ ਲਿਖੀ। ਤੇ ਜਿਹੜੀ ਕੌਮ ਦੇ ਵਿੱਚ ਸ਼ਹੀਦ ਹੁੰਦੇ ਆ ਉਹ ਸ਼ਹੀਦ ਕੌਮ ਦੀ ਜਿੰਦ ਜਾਨ ਹੁੰਦੇ ਆ, ਤੇ ਉਹ ਕੌਮਾਂ ਨੇ ਦੁਨੀਆਂ ਵਿੱਚ ਆਪਣਾ ਨਾਂ ਪੈਦਾ ਕੀਤਾ ਹੈ, ਤੇ ਉਹ ਕੌਮਾਂ ਨੂੰ ਮਰਦ ਕੌਮ ਕਿਹਾ ਜਾਂਦਾ, ਮਰਦ ਕੌਮ ਕਿਹਾ ਜਾਂਦਾ। ਤੇ ਦੇਸ਼ ਉਹ ਕੌਮਾਂ ਨੂੰ ਹਮੇਸ਼ਾ ਐਡਾ ਵੱਡਾ ਮਾਣ ਦਿੰਦਾ ਹੈ, ਐਡਾ ਵੱਡੀ ਪਦਵੀ ਦਿੰਦਾ ਹੈ, ਉਹ ਅਸੀਂ ਜਾਣਦੇ ਹਾਂ ਤਾਂ ਜਿਹੜੇ ਸ਼ਹੀਦ ਜਾਂ ਪਰਿਵਾਰ ਜਿਨ੍ਹਾਂ ਦੇ ਹੋਏ ਨੇ ਦੇਸ਼ ਲਈ ਉਹ ਪਰਿਵਾਰ ਜਾਣਦੇ ਆ। ਮੈਨੂੰ ਮਤਲਬ ਉਹ ਦਿਨ ਵੀ ਯਾਦ ਆ ਜਿੱਦਣ ਇਹ ਬੰਬ ਬਲਾਸਟ ਸੈਕਟਰੀਏਟ 'ਚ ਹੋਇਆ ਸੀ, ਕਿਉਂਕਿ ਸੀਐਮ ਹਾਊਸ ਤੋਂ ਬਹੁਤ ਕੁਛ ਮੀਟਰਾਂ ਦੀ ਦੂਰੀ 'ਤੇ ਆ। ਉਹ ਆਵਾਜ਼ ਅੱਜ ਵੀ ਕੰਨਾਂ 'ਚ ਗੂੰਜਦੀ ਹੈ ਵੀ ਦੁਸ਼ਮਣ ਨੇ ਕਿਸ ਤਰੀਕੇ ਨਾਲ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਉਹਨਾਂ ਦੀ ਸ਼ਹਾਦਤ ਨੇ ਅੱਜ 25 ਸਾਲ ਹੋ ਗਏ ਉਵੇਂ ਅਮਨ ਸ਼ਾਂਤੀ ਪੰਜਾਬ 'ਚ ਰੱਖੀ ਹੋਈ ਹੈ। 1 ਸਾਲ 'ਚ ਇਹ ਅੱਤਵਾਦ ਖਤਮ ਕੀਤਾ ਸੀ ਜਿਹੜਾ ਪਿਛਲੇ 20 ਸਾਲਾਂ ਤੋਂ 92 ਤੋਂ ਪਹਿਲਾਂ ਤਬਾਹ ਕਰ ਰਿਹਾ ਸੀ ਪੰਜਾਬ ਨੂੰ। ਦੂਜੀ ਗੱਲ ਮੈਂ ਇਹ ਜ਼ਰੂਰ ਕਹਿਣੀ ਚਾਹੁੰਦਾ ਵੀ ਅੱਜ ਜਦੋਂ ਟੈਲੀਵਿਜ਼ਨ ਅਤੇ ਟੀਵੀ 'ਤੇ ਦੇਖਿਆ, ਮੈਂ ਲਗਾਤਾਰ ਇਹ ਗੱਲਾਂ ਕਹਿ ਕਹਿ ਥੱਕ ਗਿਆ। ਅੱਜ ਮੈਂ ਫੇਰ ਕਹਿਣਾ, ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ, ਬਈ ਅੱਜ ਜਿਹੜੇ ਬਾਹਰਲੇ ਇਹ ਕੁਛ ਲੋਕ ਨੇ ਇਹ ਹੁਣ ਨਵਾਂ ਕੰਮ ਫੜ ਲਿਆ, ਜਦੋਂ ਜਮ੍ਹਾਂ ਫੇਲ ਹੋ ਗਏ ਤੇ ਉੱਥੋਂ ਕਹਿਣ ਲੱਗ ਗਏ ਵੀ ਇੱਕ ਝੰਡਾ ਹੈ ਜਿਹੜਾ ਕੋਈ ਖਾਲਿਸਤਾਨ ਦੀ ਲੀਰ ਉਹਨੂੰ ਚੜਾਓ, ਅਸੀਂ $2500 ਦੇਵਾਂਗੇ। ਗੁਰਦੁਆਰੇ ਸਾਹਿਬ 'ਚ ਅਰਦਾਸ ਕਰੋ, ਉਹਦੇ ਲਈ ਅਸੀਂ £5000 ਭੇਜਾਂਗੇ। ਕਦੇ ਅਰਦਾਸਾਂ ਜਾਂ ਝੰਡੇ ਉਹ ਡਾਲਰਾਂ ਦੇ ਪੈਸਿਆਂ ਦੇ ਟੁਕੜਿਆਂ 'ਤੇ ਜਿਹੜੀਆਂ ਹੁੰਦੀਆਂ ਉਹ ਦਿਲੋਂ ਹੁੰਦੀਆਂ। ਅਤੇ ਹੁਣ ਅੱਜ ਟੈਲੀਵਿਜ਼ਨ 'ਚ ਦੇਖਿਆ ਵੀ ਉਹ ਮੁੰਡੇ ਜਿਨ੍ਹਾਂ ਨੇ ਮੋਗੇ ਉਹ ਝੰਡਾ ਲੀਰ ਚੜ੍ਹਾਈ ਸੀ ਸੈਕਟਰੀਏਟ 'ਚ, ਅੱਜ ਦਿੱਲੀ ਪੁਲਿਸ ਆ ਟੈਲੀਵਿਜ਼ਨ 'ਤੇ ਆ ਰਹੇ ਆ ਵੀ ਬਹੁਤ ਵੱਡੇ ਟੈਰਰਿਸਟ ਨੇ ਜਿਹੜੇ ਉਹ ਫੜੇ ਗਏ ਦਿੱਲੀ, ਅਤੇ ਉਹ ਬੇੜੀਆਂ ਹੱਥਕੜੀਆਂ ਲੱਗੀਆਂ, ਅਤੇ ਐਂ ਦਿੱਲੀ ਪੁਲਿਸ ਧੂ ਕੇ ਲੈ ਕੇ ਜਾ ਰਹੀ ਆ ਉਹ ਨੌਜਵਾਨ ਮੁੰਡਿਆਂ ਨੂੰ ਜਿਹੜੇ ਕੱਲ੍ਹ ਤੱਕ ਗੁਲਾਬ ਦਾ ਫੁੱਲ ਸੀ, ਅੱਜ ਉਹ ਮੋਸਟ ਵਾਂਟਡ ਉਹ ਅੱਤਵਾਦੀ ਇਹ ਪੰਨੂ ਜਿਹੜਾ ਪੂੰਛ ਵਾਲਾ ਅਤੇ ਇਹਦੇ 2020 ਵਾਲੇ ਖਾਲਿਸਤਾਨੀ, ਇੱਕ ਆ ਪੰਮਾ ਬੈਠਾ ਲੰਡਨ 'ਚ ਅਤੇ ਹੋਰ ਕਿਤੇ ਪਾਕਿਸਤਾਨ 'ਚ ਆਵਲੇ ਆ ਗਏ, ਅੱਜ ਉਹਨੂੰ ਉਹ ਬੱਚਿਆਂ ਨੂੰ ਖੂਨ ਖਾਰ ਟੈਰਰਿਸਟ ਬਣਾ ਤਾ। ਪਤਾ ਨਹੀਂ ਕਿੰਨੇ ਸਾਲ ਉਹਨਾਂ ਨੇ ਜੇਲ੍ਹ 'ਚ ਰੋਲਣਾ, ਉਹਨਾਂ ਦੇ ਮਾਂ ਬਾਪਾਂ 'ਚ ਸਾਰੇ ਪੂੰਜੀ ਆ ਜਿਹੜੀ ਉਹ ਕੇਸਾਂ ਤਰੀਕਾਂ 'ਤੇ ਲੱਗ ਜੂਗੀ, ਅਤੇ ਛੁੱਟਣ ਦਾ ਮੌਕਾ ਨਹੀਂ ਮਿਲਣਾ ਰੱਬ ਦੇ ਵਾਸਤੇ। ਜਿਹੜੇ ਵੀ ਆ ਲੋਕ ਅਰਦਾਸ ਕਰਨ ਦੀਆਂ ਜਿਹੜੀਆਂ ਵੀਡੀਓ ਕਹਿੰਦੇ ਆ ਬਣਾ ਕੇ ਭੇਜੋ, ਅਤੇ ਮੁੜ ਕੇ ਜਾਣਾ ਕਿੱਥੇ ਆ, ਉਹ ਤਾਂ ਉੱਥੇ ਬੈਠੇ ਕਹਿ ਦਿੰਦੇ ਆ ਡਾਲਰ ਪਾਉਂਡ, ਅਤੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਕਿਸੇ ਗੁਰਦੁਆਰੇ 'ਚ ਅਰਦਾਸ ਕਰ ਦਿੰਦੇ ਹੋ ਖਾਲਿਸਤਾਨ ਦੀ, ਅਤੇ ਮੁੜ ਕੇ ਸਾਰੀ ਜ਼ਿੰਦਗੀ ਥਾਣਿਆਂ 'ਚ ਰੋਲਦੇ ਹੋ। ਰੱਬ ਦੇ ਵਾਸਤੇ ਇਹ ਹੱਸਦਾ ਵੱਸਦਾ ਪੰਜਾਬ ਨਾ ਰੋਲੋ। ਕੱਲ੍ਹ ਨੂੰ ਹੁਣ ਨਵਾਂ ਇਹਨਾਂ ਨੇ ਇੱਕ ਗੱਲ ਕਹੀ ਆ ਵੀ ਅਸੀਂ ਇੰਨੇ ਹਜ਼ਾਰ ਇੰਨੇ ਲੱਖ ਅਸੀਂ ਪਾਉਂਡ ਡਾਲਰ ਦੇਵਾਂਗੇ। ਜੇ ਜਿਹੜਾ ਉਹ ਬੰਬ ਸੀ ਹਿਊਮਨ ਬੰਬ, ਮੈਂ ਤਾਂ ਆਪਣੇ ਮੂੰਹ ਦਾ ਨਾਂ ਨਹੀਂ ਲੈਣਾ ਚਾਹੁੰਦਾ, ਜਿਹਨਾਂ ਸਰਦਾਰ ਬੇਅੰਤ ਸਿੰਘ ਨਾਲ ਅਤੇ ਨਾਲ ਜਿਹੜੇ 17 ਬੰਦੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਦੀ ਬਰਸੀ ਮਨਾਓ ਸ਼੍ਰੀ ਅਕਾਲ ਤਖਤ ਸਾਹਿਬ 'ਤੇ। ਕੱਲ੍ਹ ਜਿਹੜਾ ਵੀ ਅਕਾਲ ਤਖਤ ਸਾਹਿਬ 'ਤੇ ਗੁਰਦੁਆਰੇ ਜਿਹੜਾ ਵੀ ਜਾਂਦਾ ਉਹ ਆਪਣੀ ਸ਼ਰਧਾ ਨਾਲ ਜਾਂਦਾ, ਉਹਨੂੰ ਕੋਈ ਰੋਕਿਆ ਨਹੀਂ, ਜੇ ਅਸੀਂ ਤਾਂ ਕੱਲ੍ਹ ਵੀ ਜਾਣਾ। ਪਰ ਜਿਹੜੇ ਕੱਲ੍ਹ ਅਰਦਾਸ ਸ਼ਾਮਿਲ ਹੋਣਗੇ ਇਸ ਅੱਤਵਾਦੀ ਦੇ, ਪੰਨੂ ਦੇ ਕਹੇ 'ਤੇ ਉਸ ਅੱਤਵਾਦੀ ਦੀ ਜਿਹੜਾ ਮੋਸਟ ਵਾਂਟਡ ਸੀ, ਉਹ ਇਹ ਹੋਊਗਾ ਵੀ ਚੰਦ ਟੁਕੜਿਆਂ ਦੇ, ਚੰਦ ਪੈਸਿਆਂ ਡਾਲਰਾਂ ਦੇ ਪੌਂਡਾਂ ਦੇ ਪਿੱਛੇ ਉਹਨਾਂ ਨੇ ਅਰਦਾਸ ਕੀਤੀ ਆ। ਅਤੇ ਮੈਨੂੰ ਇਹ ਵੀ ਖਤਰਾ ਹੈ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਉਹ ਵੀ ਅੱਗੇ ਜਿਵੇਂ ਉਹ ਇਹਨਾਂ ਦੇ ਹੱਕ 'ਚ ਹੁੰਦੇ ਅਕਾਲ ਅਰਦਾਸ ਸ਼ਾਮਿਲ ਹੋਣਗੇ। ਅਤੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਾਮਿਲ ਹੁੰਦੇ ਆ ਜਾਂ ਹੋਰ ਕੋਈ ਜਥੇਦਾਰ ਸ਼ਾਮਿਲ ਉੱਥੇ ਹੁੰਦਾ, ਤਾਂ ਇਹ ਸਾਬਤ ਹੋ ਜਾਏਗਾ ਵੀ ਉਹ ਆਪਣੇ ਦੇਸ਼ ਦੇ ਦੁਸ਼ਮਣ, ਅਤੇ ਇਹ ਡਾਲਰਾਂ ਪੌਂਡਾਂ ਦੇ ਪਿੱਛੇ ਇਸ ਲਾਲਚ ਪਿੱਛੇ ਉਸ ਦੀ ਅਰਦਾਸ ਆ ਜਿਹੜੀ ਪੰਨੂ ਦੇ ਕਹਿਣ 'ਤੇ ਜਾਂ ਪੰਮੇ ਦੇ ਕਹਿਣ 'ਤੇ ਜਾਂ ਹੋਰ ਜਿਹੜੇ ਅੱਤਵਾਦੀ ਆ ਉਹਨਾਂ ਦੇ ਕਹਿਣ 'ਤੇ, ਕਿ ਕੱਲ੍ਹ ਨੂੰ ਜਿਹੜਾ ਬੰਦਾ ਉਸ ਅਰਦਾਸ ਸ਼ਾਮਿਲ ਹੋਊ
ਉਹ ਵਿਕਿਆ ਹੋਇਆ ਬਕਾਊ ਆ ਭਗੌੜਾ ਹੈ ਗਦਾਰ ਆ ਕੌਮ ਦਾ ਅਤੇ ਜੇ ਕੋਈ ਜਥੇਦਾਰ ਸ਼ਾਮਿਲ ਹੋਏਗਾ ਤਾਂ ਉਹ ਵੀ ਫਿਰ ਦੇਸ਼ ਦਾ ਭਗੌੜਾ ਅਤੇ ਗਦਾਰ ਹੋਏਗਾ ਅਤੇ ਪੈਸੇ ਪਿੱਛੇ ਚੰਦ ਡਾਲਰਾਂ ਪਿੱਛੇ ਚੰਦ ਪੈਸਿਆਂ ਪਿੱਛੇ ਉਹ ਜਾਏਗਾ ਰੱਬ ਦੇ ਵਾਸਤੇ ਸਾਰੇ ਕੱਲ੍ਹ ਨੂੰ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਦੀ ਬਰਸੀ ਆਪਣੇ ਆਪਣੇ ਘਰਾਂ 'ਚ ਆਪਣੇ ਆਪਣੇ ਦਫ਼ਤਰਾਂ ਦੇ ਵਿੱਚ ਸ਼ਾਂਤੀ ਨਾਲ ਕਿਉਂਕਿ ਇਹਨਾਂ ਨੇ ਕਿਹਾ ਕੱਲ੍ਹ ਨੂੰ ਸੜਕਾਂ ਬੰਦ ਕਰ ਦਿਉ ਸਾਰੀਆਂ ਮਾਰਕੀਟਾਂ ਬੰਦ ਕਰ ਦਿਉ ਕਿਸੇ ਨੇ ਕਿਸੇ ਨਾਲ ਲੜਨਾ ਨਹੀਂ ਇਹਨਾਂ ਨਾਲ ਇਹ ਬੜੇ ਹੋਰ ਤਰ੍ਹਾਂ ਦੇ ਲੋਕ ਨੇ ਇਹਨਾਂ ਦੇ ਮੂੰਹ ਨਹੀਂ ਲੱਗਣਾ ਆਪਣਾ ਕੰਮ ਕਰੋ ਆਰਾਮ ਨਾਲ ਚਲਾਓ ਇਹ ਦਿਨ ਮਨਾਓ ਅਤੇ ਕਿਸੇ ਨੇ ਜਿਹੜੀ ਅਰਦਾਸ ਜਿਹੜੀ ਆ ਉਹ ਆਪਣੇ ਦੇਸ਼ ਲਈ ਕਰੋ ਆਪਣੇ ਪੰਜਾਬ ਦੀ ਚੜ੍ਹਦੀ ਕਲਾ ਲਈ ਕਰੋ ਪੰਜਾਬ ਦੇ ਲੋਕਾਂ ਦੀ ਚੜ੍ਹਦੀ ਕਲਾ ਲਈ ਕਰੋ ਕਰੋਨਾ 'ਚੋਂ ਨਿਕਲਣ ਦੀ ਅਰਦਾਸ ਕਰੋ ਵੀ ਸਾਡਾ ਦੇਸ਼ ਪੰਜਾਬ ਨਿਕਲੇ ਅਤੇ ਬੱਚੇ ਕੱਲ੍ਹ ਨੂੰ ਆਪਣੇ ਆਪਣਾ ਅਤੇ ਬੱਚਿਆਂ 'ਤੇ ਨਿਗਾਹ ਰੱਖਿਓ ਕਿਤੇ ਇਹਨਾਂ ਦੇ ਇਸ ਲਾਲਚ 'ਚ ਪੈਸੇ ਦੇ 'ਚ ਆ ਕੇ ਬੱਚੇ ਕੋਈ ਇਹੋ ਜਿਹਾ ਕੰਮ ਗਲਤ ਕਰ ਲੈਣ ਕਿਸੇ ਗੁਰਦੁਆਰੇ 'ਚ ਅਰਦਾਸ ਕਰ ਲੈਣ ਕਿਤੇ ਹੋਰ ਬੰਦ ਕਰ ਲੈਣ ਮੁੜ ਕੇ ਪੁਲੀਸ ਆ ਜਿਹੜੀ ਉਹ ਬੜੇ ਸਖ਼ਤ ਕਾਨੂੰਨ ਨੇ ਇਸ ਵੇਲੇ ਆ ਪਹਿਲਾਂ ਦੇਖੇ ਆਪਾਂ ਯੂਪੀਏ 'ਚ ਕਿਵੇਂ ਯੂਰਪਾ ਜਿਹੜਾ ਜਿਹਨੂੰ ਕਹਿੰਦੇ ਆ ਕਾਨੂੰਨ ਉਹ 'ਚ ਫਸੇ ਨੇ ਅੱਗੇ ਹੋਰ ਨੇ ਜਿਹੜੇ ਬਹੁਤ ਸਖ਼ਤ ਕਾਨੂੰਨ ਇਹਨਾਂ ਲਈ ਬਣਾਏ ਗਏ ਨੇ ਆਪਣੇ ਆਪਣੇ ਬੱਚੇ ਬਚਾ ਕੇ ਮੁੜ ਕੇ ਰਾਹ ਨਹੀਂ ਲੱਭਦਾ ਇਹ ਤਾਂ ਬਾਹਰ ਬੈਠੇ ਆਪਾਂ ਇਹਨਾਂ ਦਾ ਕੀ ਕਰ ਲਾਂਗੇ ਕੋਈ ਵੀ ਇਹਨਾਂ ਦਾ ਕੀ ਕਰ ਲਊਗਾ ਤਾਂ ਲੁਕੇ ਬੈਠੇ ਆ ਬਾਹਰ ਆਪਾਂ ਦੇਸ਼ ਵਾਸੀ ਪੰਜਾਬ ਦੇ ਅਮਨ ਸ਼ਾਂਤੀ ਬਹਾਲ ਰੱਖਣੀ ਆ 25 ਸਾਲ ਹੋ ਗਏ ਅਸੀਂ ਉਦੋਂ ਬਾਅਦ ਇਸ ਕੌਮ ਨੂੰ ਇਸ ਪੰਜਾਬ ਨੂੰ ਬਚਾਉਣ ਲਈ ਅਸੀਂ ਬੈਠੇ ਹਾਂ ਹਰ ਵਾਹ ਲਾਵਾਂਗੇ ਪੱਤਾ ਨਹੀਂ ਉਰੇ ਖੜਕਣ ਦਿੰਦੇ ਅਤੇ ਬਾਹਰ ਜੋ ਮਰਜ਼ੀ ਕਰਨ ਪਰ ਫਿਕਰ ਸਾਨੂੰ ਇੰਨਾ ਹੀ ਹੈ ਵੀ ਕੁਛ ਚੰਦ ਨੌਜਵਾਨ ਬੱਚੇ ਇਹ ਨਹੀਂ ਇਹ ਕੀ ਚੀਜ਼ ਨੇ ਸਾਡੇ ਦੇਸ਼ ਦੀ ਐਡੀ ਬੜੀ ਫੌਜ ਦੁਨੀਆਂ ਦੀ ਤਾਕਤ ਪੈਰਾਮਿਲਟਰੀ ਫੋਰਸਿਸ ਸਾਡੀ ਪੰਜਾਬ ਪੁਲਿਸ ਇਹ ਕਿੱਥੋਂ ਮੱਥਾ ਲਾ ਲੈਣਗੇ ਉਹ ਨਹੀਂ ਗੱਲ ਹੈ ਗੱਲ ਸਿਰਫ ਇੰਨੀ ਹੈ ਵੀ ਕੁਛ ਸਾਡੇ ਸਿੱਖ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਸਿੱਖ ਅਤੇ ਸਿੱਖ ਲੜਾ ਕੇ 50,000 ਮਰਾਏ ਮਰੇ ਤਾਂ ਸਿੱਖ ਨਾ ਪੰਜਾਬੀ ਨਾ ਅਤੇ ਹੁਣ ਕੌਣ ਜੇ ਇਹਨਾਂ ਦੀ ਕੋਈ ਝੰਡਾ ਚੜਾਊ ਅਰਦਾਸ ਕਰੇਗਾ ਤਾਂ ਉਹ ਪੰਜਾਬੀ ਆ ਪੰਜਾਬੀ ਜੇਲ੍ਹਾਂ 'ਚ ਸਿੱਟੇ ਜਾਣਗੇ ਇਹਨਾਂ ਦਾ ਕੀ ਜਾਣਾ ਇਹ ਤਾਂ ਫਿਰ ਬੈਠੇ ਤਾੜੀਆਂ ਮਾਰਨਗੇ ਬਾਹਰ ਰੱਬ ਦੇ ਵਾਸਤੇ ਮੈਂ ਭਾਵੁਕ ਹੋ ਕੇ ਗੱਲ ਕਹਿ ਰਿਹਾ ਵੀ ਕੱਲ੍ਹ ਨੂੰ ਕੋਵਿਡ ਦੇ ਕਰਕੇ ਕਰੋਨਾ ਕਰਕੇ ਸਾਰਿਆਂ ਨੂੰ ਕਿਹਾ ਵੀ ਸਮਾਧੀ ਸਥਲ 'ਤੇ ਸਰਦਾਰ ਬੇਅੰਤ ਸਿੰਘ ਜੀ ਦੇ ਕੱਲ੍ਹ ਨੂੰ ਕੋਵਿਡ ਕਰਕੇ ਆਪਾਂ ਇਕੱਠ ਨਹੀਂ ਕਰਨਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਤੁਸੀਂ ਸਾਰੇ ਪੰਜਾਬ ਤੋਂ ਕਰਨ ਆਉਂਦੇ ਹੋ ਆਪਣੇ ਆਪਣੇ ਘਰ ਆਪਣੇ ਆਪਣੇ ਦਫ਼ਤਰ ਆਪਣੇ ਆਪਣੇ ਜ਼ਿਲ੍ਹੇ 'ਚ ਜਿਹੜਾ ਉਹ ਦਿਨ ਮਨਾਓ ਅਤੇ ਇਹਨਾਂ ਨੂੰ ਜੇ ਕੋਈ ਗੁੰਮਰਾਹ ਹੋਇਆ ਲੋਕ ਉਹਨਾਂ ਤੋਂ ਧਿਆਨ ਨਾਲ ਕਿਉਂਕਿ ਬਾਅਦ 'ਚ ਕੁਛ ਨਹੀਂ ਬਣਦਾ ਆਪਣੇ ਆਪਣੇ ਪਿੰਡ ਉਹਨਾਂ 'ਤੇ ਨਜ਼ਰ ਰੱਖੋ ਉਹਨਾਂ ਨੂੰ ਸਮਝਾਓ ਉਹਨਾਂ ਦੇ ਦਿਮਾਗ 'ਚ ਗੱਲ ਪਾਓ ਕਿ ਉਹ ਕੋਈ ਸਾਡਾ ਨੌਜਵਾਨ ਕਿਤੇ ਭੜਕ ਨਾ ਜਾਵੇ ਦੁੱਖ ਹੁੰਦਾ ਜਦੋਂ ਅੱਜ ਆ ਮੁੰਡੇ ਦੋ ਨੌਜਵਾਨ ਜਦੋਂ ਟੀਵੀ ਦੇ 'ਚ ਦੇਖੇ ਆ ਕਿਸ ਤਰੀਕੇ ਨਾਲ ਉਹਨਾਂ ਨੂੰ ਫੜੀ ਲਈ ਜਾਂਦੇ ਆ ਮੂੰਹ ਬੰਨੇ ਹੋਏ ਆ ਪੈਰ ਬੰਨੇ ਹੋਏ ਆ ਹੱਥ ਬੰਨੇ ਹੋਏ ਆ ਇਹ ਕੰਮ ਨੂੰ ਅਸੀਂ ਮਾਂ ਬਾਪ ਸਾਡੇ ਬੱਚੇ ਬੜੇ ਆਪਾਂ ਬੜੇ ਕਰਦੇ ਹਾਂ ਵੀ ਇਹ ਚੰਦ ਪੈਸੇ ਪਾਉਣ ਡਾਲਰ ਨੇ ਆਪਣੇ ਕੋਲ ਪਰਮਾਤਮਾ ਨੇ ਸਭ ਕੁਛ ਦਿੱਤਾ ਜੀ ਤੁਸੀਂ ਆਪ ਬਾਹਰ ਜਾਓ ਜੇ ਡਾਲਰ ਪਾਉਂਡ ਕਮਾਉਣੇ ਨੇ ਤੁਸੀਂ ਆਪ ਬਾਹਰ ਜਾਓ ਮਾੜੇ ਦੁਨੀਆ ਜਾ ਰਹੀ ਆ ਕੰਮ ਕਰੋ ਮਿਹਨਤ ਕਰੋ ਅਤੇ ਨਾਂ ਬਣਾਇਆ ਲੋਕਾਂ ਨੇ ਉਰੇ ਕੰਮ ਕਰੋ ਪਰ ਇਹਨਾਂ ਦੀ ਇਹ ਲੁਟੇਰਿਆਂ ਦੇ ਸਾਡੇ ਮਨਸੂਬੇ ਨੇ ਪੰਜਾਬ ਨੂੰ ਤਬਾਹ ਕਰਨ ਦੇ ਇਹਨਾਂ ਦੇ ਡਾਲਰਾਂ ਪਾਉਂਡਾਂ ਵੱਲ ਨਾ ਝਾਕੋ ਮੇਰੀ ਤੁਹਾਨੂੰ ਇਹੀ ਬੇਨਤੀ ਆ ਨਹੀਂ ਮੈਨੂੰ ਤਾਂ ਬਹੁਤ ਗਾਲਾਂ ਕੱਢਦੇ ਆ ਕਮੈਂਟ ਕਰਦੇ ਆ ਥੱਲੇ ਸਾਰੇ ਹੀ ਜਿੰਨੇ ਅੱਤਵਾਦੀ ਨੇ ਜਿੰਨੇ ਵੀ ਇਹ ਏਜੰਸੀਆਂ ਵਾਲੇ ਲੋਕ ਨੇ ਪਰ ਮੈਂ ਕਦੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਮੈਨੂੰ ਬੜੇ ਹਮੇਸ਼ਾ ਕਹਿੰਦੇ ਆ ਜੀ ਤੁਹਾਡੇ ਤੁਸੀਂ ਕਿਉਂ ਕਹਿੰਦੇ ਹੁੰਦੇ ਹੋ ਪਰ ਮੈਨੂੰ ਫਿਕਰ ਆ ਜੋ ਮੇਰੇ ਸਰਦਾਰ ਬੇਅੰਤ ਸਿੰਘ ਜੀ ਦਾ ਖੂਨ ਦਾ ਟੁਕੜਾ ਟੁਕੜਾ ਉਹਨਾਂ ਦੇ ਸਰੀਰ ਦਾ ਇਸ ਪੰਜਾਬ ਲਈ ਜਿਹੜਾ ਉਹਨਾਂ ਨੇ ਕੁਰਬਾਨ ਕਰਤਾ ਅਤੇ ਜੇ ਉਹਨਾਂ ਦੀ ਕਿਤੇ ਵੀ ਖਲਲ ਪਏਗਾ ਜੇ ਸਾਡੀ ਅਮਨ ਸ਼ਾਂਤੀ 'ਚ ਕੋਈ ਵੀ ਭੰਗ ਪਏਗੀ ਕੋਈ ਵੀ ਉਹਨੂੰ ਡਿਸਟਰਬ ਕਰੇਗਾ ਕਿ ਫਿਰ ਮੈਨੂੰ ਜਾਂ ਸਾਡੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਪਾਰਟੀ ਨੂੰ ਇਹ ਲੱਗਦਾ ਵੀ ਉਹ ਐਡੇ ਜਿਹੜੇ ਲੀਡਰ ਜਾਨਾਂ ਦੇ ਗਏ ਕੁਰਬਾਨਾਂ ਦੇ ਗਏ ਉਹ ਵਰਥ ਨਾ ਜਾਣ ਇਸ ਕਰਕੇ ਅਸੀਂ ਆਪਣੀ ਪੂਰੀ ਬਾਹ ਲਾਵਾਂਗੇ ਵੀ ਇਹ ਬੱਚਿਆਂ ਨੂੰ ਸੰਭਾਲ ਕੇ ਰੱਖੀਏ ਇਹ ਨਹੀਂ ਇਹਨਾਂ ਨੂੰ ਅਸੀਂ ਸਾਂਭਲਾਂਗੇ 2020 ਪੰਨੂ ਪੰਨੂ ਵਾਲਿਆਂ ਨੂੰ ਇਹ ਹੁਣ ਹਿੰਮਤ ਦੇ ਹੁਣ ਰਿਹਾ ਕਿ ਜੇ ਇਹਨਾਂ ਦਾ ਲੱਭ ਜੇ ਉਰੇ ਕੁਛ ਇਹਨਾਂ ਦੀ ਕੋਈ ਫਿਕਰ ਨਹੀਂ ਪਰ ਤੁਸੀਂ ਬੱਚਿਓ ਸਾਡੇ ਹੋ ਸਾਡੇ ਪੰਜਾਬ ਦੇ ਨੌਜਵਾਨ ਹੋ ਤੁਹਾਨੂੰ ਜੇ ਕੋਈ ਮਾੜਾ ਜਿਹਾ ਇੱਕ ਕੋਈ ਇੱਕ ਤੁਹਾਨੂੰ ਮਤਲਬ ਮਾੜੀ ਚੋਟ ਵੀ ਆਉਂਦੀ ਆ ਉਹ ਸਾਡੇ ਦਿਲਾਂ ਨੂੰ ਦੁੱਖ ਲੱਗਦਾ ਵਰੁੰਦਰ ਦੀ ਆ ਇਹੀ ਸ਼ਬਦਾਂ ਨਾਲ ਮੈਂ ਫਿਰ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਅਤੇ ਅਮਨ ਸ਼ਾਂਤੀ ਬਹਾਲ ਰੱਖਣੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੈ ਹਿੰਦ All World Open Challenge 17-time Gold Medalist Mia Rafiq Mohammed Pandit Maulvi Begum Tantrik Inna Chora Thagga To Saavdan Specialist Vashikaran Sitta Number Love Marriage Pati Patni Ch Anban Videsh Ch Pakka Hona Karobar Da Na Chalana Sirf 31 Ghantiyan Vich Samadhan Free Mia Rafiq Mohammed Mobile 84374 94647 84374 94648 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ
दैनिक सवेरा टाइम्स।